ਮੈਂ ਕਿਹਾ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਇੱਥੇ ਪਟਵਾਰੀ ਜੀ ਹੁੰਦੇ ਸੀਗੇ ਬਰਮਿੰਗਮ, ਸਾਰਿਆਂ ਨੂੰ ਪਤਾ ਲੈਸਟਰ ਦੇ ਵਿੱਚ, ਫਿਰ ਉਹ ਲੈ ਗਏ ਸੀ ਨਾ ਉਹ ਤੁਰਕ ਦੇ ਥਾਂ ਤੇ, ਸਭ ਨੂੰ ਪਤਾ ਹੀ ਤੁਹਾਨੂੰ, ਪਟਵਾਰੀ ਜੀ 33 ਵਾਲਾ ਰੋਜ਼ ਕਰਦੇ ਸੀ 32 ਸਾਲਾਂ ਤੋਂ, ਬਾਬਾ ਮਾਝਾ ਸਿੰਘ ਦੇ ਗਡਵਈ ਰਹੇ ਸੀ ਉਹ ਇਸੇ ਸੰਪਰਦਾ ਚ। ਪਹਿਲੇ ਮੈਨੂੰ ਆਖੇ ਉੱਥੇ ਲੈ ਗਏ ਉੱਥੇ ਲੰਗਰ ਆ, ਲੰਗਰ ਆ ਕਹਿੰਦੇ ਉਹ ਵੀਰਵਾਰ ਵਾਲੇ ਪੀਰ ਜਿਹਾ ਲੰਗਰ ਕਰਿਆ ਕਰੇ ਚੌਲਾਂ ਦੇ ਉੱਤੇ, ਜਦੋਂ ਕਹਿੰਦੇ ਮੇਰੇ ਮੂੰਹ ਰੱਖੇ ਤਾਂ ਅਸੀਂ ਭੋਲੇ ਭਾਵੇ ਲੰਗਰ ਹੀ ਹੋਣਾ ਇਹ ਸਿੰਘ ਕਹਿੰਦੇ ਆ, ਉਹ ਚੌਲਾਂ ਦੇ ਉੱਤੇ ਜਾਂ ਮੀਟ ਪਾਇਆ ਕਹਿੰਦੇ ਮੈਂ ਕੰਬ ਗਿਆ, ਇਹ ਕੀ ਇਹ ਲੰਗਰ ਆ? ਪਹਿਲਾਂ ਉਹ ਸਾਹਮਣੇ ਬੈਠਾ ਪੀਰ ਜਿਹਾ, ਕਹਿੰਦਾ ਮੈਂ ਹੁਣ ਫਸ ਗਿਆ, ਕਹਿੰਦਾ ਮੈਂ ਅਰਦਾਸ ਕੀਤੀ ਹੈ ਬਾਜਾਂ ਵਾਲਾ ਮੈਨੂੰ ਬਚਾ, ਕਹਿੰਦਾ ਹੁਣ ਮੈਂ ਮੂਲ ਮੰਤਰ ਕਰਨ ਲੱਗ ਪਿਆ, ਕਹਿੰਦਾ ਉਹ ਸਾਹਮਣੇ ਕੁਰਸੀ ਤੇ ਬੈਠਾ ਉਹਨੂੰ ਘੂਰੀ ਜਾਵੇ ਮੇਰੇ ਤੇ ਇਲਮ ਜੇ ਪੜੀ ਜਾਵੇ, ਕਹਿੰਦਾ ਮੇਰਾ ਸਰੀਰ ਪੱਥਰ ਦਾ ਹੋ ਚੱਲਿਆ। ਕਹਿੰਦਾ ਅਸੀਂ ਦੇਖਿਆ ਜਦ ਕੁਰਸੀ ਐ ਵੱਜੀ ਜਾ ਕੇ ਕੰਧ ਚ ਸਣੇ ਪੀਰ ਦੇ, ਕਹਿੰਦਾ ਬੇਹੋਸ਼ ਹੋ ਕੇ ਡਿੱਗੀ। ਕਹਿੰਦਾ ਮੈਂ ਤਾਂ ਜੁੱਤੀ ਛੱਡ ਕੇ ਭੱਜਿਆ, ਮੈਂ ਤਾਂ ਆਪ ਸੁਣੀ ਨਾ ਉਹਨਾਂ ਤੋਂ ਫਿਰ ਇਹ ਗੱਲ, ਉਹ ਮੈਨੂੰ ਕਹਿੰਦੇ ਹੁੰਦੇ ਸੀ ਐਂ ਸੁਣਾਇਆ ਕਰ ਕਥਾ ਇੱਦਾਂ, ਆਹ ਸੰਤਾਂ ਦਾ ਨਾਂ ਜ਼ਰੂਰ ਲੈ ਜਾ ਕਰ ਵੀ ਸਾਰਿਆਂ ਦਾ, ਇਹਨਾਂ ਨੂੰ ਤਾਂ ਕਹੀ ਹੋ ਜਾਣਾ। ਫਿਰ ਚੜ੍ਹਾਈ ਕਰਕੇ ਹੁਣ ਕਹਿੰਦੇ ਉਹ ਮੈਂ ਭੱਜਿਆ ਘਰ ਨੂੰ ਤੇ ਦੂਜੇ ਦਿਨ ਉਹਦੇ ਬੰਦੇ ਲੈਣ ਆ ਗਏ, ਕਹਿੰਦੇ ਉਹਦੇ ਬੁਲਾਇਆ ਤੈਨੂੰ, ਕਹਿੰਦਾ ਮੈਂ ਹਲੇ ਵੀ ਹੁਣ ਜਾ ਕੇ ਕੁੱਟਣਗੇ ਮੈਨੂੰ। ਕਹਿੰਦੇ ਫਿਰ ਮੈਂ ਸੋਚਿਆ ਜੇ ਕੱਲ ਬਚਾਇਆ ਮਹਾਰਾਜ ਨੇ ਫਿਰ ਅੱਜ ਵੀ ਬਚਾਉਣਗੇ। ਕਹਿੰਦਾ ਜਦ ਗਿਆ ਕਹਿੰਦਾ ਆਪਦੇ ਕਮਰੇ ਸੀਗਾ, ਨਾਲ ਦੇ ਨੂੰ ਕਹਿੰਦਾ ਤੁਸੀਂ ਬਾਹਰ ਜਾਓ, ਕੁੰਡੀ ਲਾ ਲਈ। ਕਹਿੰਦਾ ਮੇਰੇ ਮੂਹਰੇ ਇੰਨਾ ਸਾਰਾ ਤਾਂ ਸੋਨਾ ਰੱਖਤਾ, ਪੌਂਡ ਪਤਾ ਨਹੀਂ ਕਿੰਨੇ ਹਜ਼ਾਰ ਪੌਂਡ ਰੱਖਤੇ। ਕਹਿੰਦਾ ਵੋ ਇਲਮ ਬਤਾ ਦੇ ਜੋ ਤੇਰੇ ਪਾਸ ਹੈ। ਕਹਿੰਦਾ ਮੈਂ ਫੇਲ ਹੋ ਗਿਆ, ਮੇਰੀ ਤਾਂ ਬੇਇੱਜ਼ਤੀ ਹੋ ਗਈ, ਮੇਰੇ ਕੋਲ 14 ਇਲਮ ਸਿੱਧ ਕੀਤੇ ਹੋਏ ਨੇ, ਮੈਂ ਅਫਰੀਕਾ ਤੋਂ ਇੱਥੇ ਆਇਆ, ਇੱਥੋਂ ਦੇ ਜੱਜ ਨੇ ਆਪਦੀ ਕੁੜੀ ਵਿਆਹੀ ਹੋਈ ਸੀ ਨਾਲੇ ਅੰਮ੍ਰਿਤਧਾਰੀ ਸੀ ਉਹ ਪੀਰ ਦੇ ਨਾਲ, ਇੱਥੇ ਜਿਹੜੇ ਨਵੇਂ ਨਵੇਂ ਇਹਨਾਂ ਨੂੰ ਪਤਾ ਨਹੀਂ, ਪੁਰਾਣਿਆਂ ਨੂੰ ਪਤਾ ਉਸ ਗੱਲ ਦਾ। ਉਹ ਕਹਿੰਦਾ ਮੈਂ ਵੀ ਅੜ ਗਿਆ, ਕਹਿੰਦਾ ਵੀ ਇਲਮ ਤਾਂ ਦੇ ਦਾਂਗੇ, ਪੰਜ ਪਿਆਰਿਆਂ ਕੋਲ ਜਾਣਾ ਪਊ, ਅਮਰ ਛਕਣਾ ਪਊ, ਰਹਿਤ ਰੱਖਣੀ ਪਊ, ਮੂਲ ਮੰਤਰ ਆ ਸਾਡਾ, ਮੈਂ ਕਰਦਾ ਤੂੰ ਕਰਨ ਲੱਗ ਜਾ। ਕਹਿੰਦਾ ਇਹ ਨਹੀਂ ਮੈਂ ਕਰ ਸਕਦਾ। ਕਹਿੰਦਾ ਫਿਰ ਉਹ ਫਿਰ ਛੱਡ ਕੇ ਇੰਗਲੈਂਡ ਅਫਰੀਕਾ ਹੀ ਮੁੜ ਗਿਆ ਸੀ, ਇੰਨੀ ਗੁਰਮੁਖਾਂ 'ਚ ਤਾਕਤ ਹੁੰਦੀ ਆ, ਮੂਹਰੇ ਕੋਈ ਚੀਜ਼ ਫਿਰ ਅੜਦੀ ਨਹੀਂ ਹੈ। ਮੈਂ ਮੂਲ ਮੰਤਰ ਦੀ ਕਥਾ 'ਚ ਸਾਰੀਆਂ ਚੀਜ਼ਾਂ ਉਦੋਂ ਵੀ ਸੁਣਾਈਆਂ ਸੀ, ਤੁਸੀਂ ਗਿਣਤੀ ਨੂੰ ਛੱਡੋ, ਤੁਸੀਂ ਹਰ ਟਾਈਮ ਮੂਲ ਮੰਤਰ ਹੀ ਕਰਦੇ ਰਹੋ, ਬਸ ਮੂਲ ਮੰਤਰ ਨਾਲ ਸਾਰਾ ਕੁਛ ਆਪਣੇ ਆਪ ਹੀ ਠੀਕ ਹੁੰਦਾ ਹੈ, ਮਹਾਰਾਜ ਕਿਰਪਾ ਕਰਦੇ ਨੇ। ਫਿਰ ਆਪਾਂ ਜਪੀਏ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।